18 ਤਰੀਕ ਨੂੰ ਇਹ ਜਿਹੜਾ ਲਾਕਡਾਊਨ ਸੀ ਨੰਬਰ 3 ਲਾਕਡਾਊਨ ਇਹ ਬੰਦ ਹੋਣਾ ਹੈ ਪਤਾ ਨਹੀਂ ਗਵਰਨਮੈਂਟ ਆਫ ਇੰਡੀਆ ਕੀ ਅਨਾਉਂਸ ਕਰ ਰਹੀ ਹੈ ਨਹੀਂ ਅਨਾਉਂਸ ਕਰ ਰਹੀ ਲੇਕਿਨ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਮੈਂ ਕਰਫਿਊ ਹਟਾ ਦੇਣੀ ਹੈ ਕੋਈ ਕਰਫਿਊ ਨਹੀਂ ਹੋਏਗਾ ਪੰਜਾਬ 18 ਤਰੀਕ ਤੋਂ ਲੇਕਿਨ ਲਾਕਡਾਊਨ ਅਸੀਂ ਰੱਖਾਂਗੇ ਤੁਸੀਂ ਫਿਰ ਕਿਹਾ ਸੀ ਕਿ ਪੰਜਾਬ ਟਰਾਂਸਪੋਰਟ ਕਰੋ ਰੀਜ਼ਿਊਮ ਹੋ ਜਾਈ ਇਹ ਮੈਂ ਤੁਹਾਨੂੰ ਦੱਸਦਾ 18 ਤਰੀਕ ਤੋਂ ਅਸੀਂ ਨੂੰ ਰੀਜ਼ਿਊਮ ਕਰਾਂਗੇ ਜਿੱਦ ਦੇ ਨੇ ਕਵਰ ਪਹਿਲਾ ਹੋਏਗਾ ਔਰ ਜਿੱਥੇ ਵੀ ਸਾਡੇ ਹਿੰਦੁਸਤਾਨੀ ਬੈਠੇ ਨੇ ਔਰ ਆਉਣਾ ਚਾਹੁੰਦੇ ਨੇ ਔਰ ਤੁਸੀਂ ਪੰਜਾਬੀਓ ਜਿਹੜੇ ਬਾਹਰ ਬੈਠੇ ਹੋ ਔਰ ਆਉਣਾ ਚਾਹੁੰਦੇ ਹੋ ਆਪਣੇ ਕਨਸਲ ਚੈਨਲ ਨੂੰ ਤੁਸੀਂ ਜਾ ਕੇ ਦੱਸੋ ਕਨਸੂਲੀਟ ਵਿੱਚ ਕਿ ਤੁਸੀਂ ਆਉਣਾ ਚਾਹੁੰਦੇ ਹੋ ਨਾਮ ਨੋਟ ਕਰਾ ਲਓ ਤਾਂ ਕਿ ਤੁਸੀਂ ਵੀ ਉਸ ਜਹਾਜ਼ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਾਂਗੇ ਤੁਸੀਂ ਵੀ ਜਹਾਜ਼ ਦੇ ਵਿੱਚ ਆ ਸਕੋ ਵਾਪਸ ਤਾਂ ਇਹ ਹੈ ਜਦ ਆਓਗੇ ਤੁਸੀਂ ਪੁੱਛ ਰਹੇ ਹੋ ਮੈਂ ਸਾਡਾ ਕੁਆਰੰਟੀਨ ਕੁਆਰੰਟੀਨ ਹੋਏਗਾ ਤੁਹਾਡਾ ਟੈਸਟਿੰਗ ਹੋਏਗੀ ਤੁਹਾਡੀ ਔਰ ਕੁਆਰੰਟੀਨ 14 ਦਿਨ ਦੀ ਅਗਰ ਤਾਂ ਤੁਸੀਂ ਪੋਜ਼ਿਟਿਵ ਹੋ ਇਹ ਤਾਂ ਤੁਹਾਨੂੰ ਜਾਣਾ ਪਵੇਗਾ ਹੰਟੂ ਹਸਪੀਟਲ ਜਿੱਥੇ ਤੁਹਾਡੀ ਆਪਣਾ ਇਲਾਜ ਕਰਾਉਣਾ ਹੈ ਔਰ ਤੁਸੀਂ ਇਲਾਜ ਤੋਂ ਬਾਅਦ ਆਪਣੇ ਘਰ ਜਾ ਸਕੋਗੇ ਜਿਨ੍ਹਾਂ ਨੂੰ ਸਿਰਫ ਇਹ ਸਿੰਪਟੋਮੈਟਿਕ ਹੋ ਜਾਂ ਕੁਝ ਕੁਝ ਬਿਮਾਰੀ ਨਹੀਂ ਹੈ ਉਹਨਾਂ ਨੂੰ ਅਸੀਂ ਘਰ ਭੇਜ ਦਾਂਗੇ ਕੁਆਰੰਟੀਨ 'ਤੇ ਜਿਵੇਂ ਘਰਾਂ 'ਚ ਬੈਠੋ ਔਰ ਤੁਹਾਨੂੰ 14 ਦਿਨ ਉੱਥੇ ਬਿਤਾਉਣੇ ਪੈਣਗੇ ਫਿਰ ਤੁਹਾਡਾ ਟੈਸਟ ਹੋ ਅਗਰ ਤੁਸੀਂ ਠੀਕ ਹੋ ਔਰ ਫਿਰ ਤੁਸੀਂ ਆਪਣੀ ਇਹ ਕੁਆਰੰਟੀਨ ਦਾ ਕੰਮ ਥੋੜਾ ਬੰਦ ਹੋ ਜਾਊਗਾ ਸਕੂਲਾਂ ਦੇ ਬਾਰੇ ਦੇਖੋ ਇਹ ਬੜੀ ਸਕੂਲਾਂ ਦੇ ਵਿੱਚ ਇਹ ਬਿਮਾਰੀਆਂ ਫੈਲ ਸਕਦੀਆਂ ਹਨ ਵਾਈਰਲ ਹੁੰਦੀਆਂ ਨੇ ਕਈ ਚੀਜ਼ਾਂ ਹੁੰਦੀਆਂ ਨੇ ਦੇਖੋ ਆਪਣੇ ਚਿਕਨ ਪੋਕਸ ਹੁੰਦੀ ਹੈ ਮੰਪਸ ਹੁੰਦੇ ਨੇ ਇੱਕ ਬੱਚੇ ਤੋਂ ਦੂਜੇ ਬੱਚੇ ਤੀਜੇ ਬੱਚੇ ਚੌਥੇ ਬੱਚੇ ਤੱਕ ਜਾ ਸਕਦੀਆਂ ਨੇ ਔਰ ਤਾਂ ਹੀ ਉਹ ਸਕੂਲਾਂ ਵਿੱਚ ਵੀ ਕੋਈ ਹੋ ਜੇ ਜੋ ਬੋਰਡਿੰਗ ਸਕੂਲ ਨੇ ਉਹ ਤੇ ਕੁਆਰੰਟਾਈਨ ਦੇ ਵਿੱਚ ਪਾ ਦਿੰਦੇ ਨੇ ਨਹੀਂ ਕਹਿੰਦੇ ਨੇ ਘਰਾਂ ਜਾ ਕੇ ਤੁਸੀਂ ਆਪਣੇ ਕੁਆਰੰਟਾਈਨ ਚ ਰਹੋ ਇਹ ਹੀ ਤਰੀਕਾ ਹੈ ਵਾਇਰਸ ਨੂੰ ਕੰਟਰੋਲ ਕਰਨ ਦਾ ਕੋਈ ਤਰੀਕਾ ਹੈ ਤੇ ਸੋਸ਼ਲ ਡਿਸਟੈਂਸਿੰਗ ਰੱਖੋ ਬੱਚਿਆਂ ਨੂੰ ਇਕੱਠੇ ਨਾ ਹੋਣ ਦਿਓ ਹੁਣ ਇਕੱਠੇ ਤਾਂ ਸਕੂਲਾਂ ਦੇ ਵਿੱਚ ਕਿਵੇਂ ਰੋਕੋਗੇ ਤੁਸੀਂ ਬੈਂਚ ਦੇ ਬੰਦੇ ਨੇ ਇਕੱਲੇ ਦੇ ਨੇ ਜਾਂ ਕੁਝ ਇੱਕ ਦੂਜੇ ਦੇ ਨਾਲ ਤਾਂ ਮਿਲਣ ਗਈ ਕੋਈ ਫੁੱਟਬਾਲ ਖੇលਦਾ ਹੈ ਕੋਈ ਕੁਝ ਹੋਰ ਚੀਜ਼ ਖੇលਦਾ ਹੈ ਤੁਸੀਂ ਰੋਕ ਨਹੀਂ ਸਕਣਾ ਇਸ ਨੂੰ ਲੇਕਿਨ ਅਸੀਂ ਸਕੂਲਾਂ ਨੂੰ ਹੈ ਜਰੂਰ ਕਿ ਹੈ ਕਿ ਇਹ ਦੇ ਦੌਰਾਨ ਕੋਈ ਇਨਕਰੀਜ਼ ਨਹੀਂ ਹੋਏਗੀ ਉਹਨਾਂ ਦੀ ਫੀਸ ਦੀ ਇਸ ਸਾਲ ਮੈਂ ਇਹਨਾਂ ਨੂੰ ਪੇਛੂ ਕੇ ਆਰਡਰ ਕਿ ਕੋਈ ਤੁਸੀਂ ਜਿਹੜਾ 8% ਅਸੀਂ ਇਨਕਰੀਜ਼ ਅਲਾਉ ਕਰ ਦਿੰਦੇ ਹਾਂ ਆਪਣੇ ਲੋਕ ਪ੍ਰਾਈਵੇਟ ਸਕੂਲਸ ਨੂੰ ਕਿ ਤੁਸੀਂ 8% ਤਾਈ ਆਪਣਾ ਬਦਾਨ ਸਿੰਘ ਦੇ ਹੋ ਆਪਣੀ ਫੀਸ ਉਹ ਨਹੀਂ ਹੋਣਗੀ ਇਸ ਸਾਲ ਪਹਿਲੀ ਗੱਲ ਤਾਂ ਇਹ ਹੈ ਦੂਸਰਾ ਔਨਲਾਈਨ এডਿਕੇਸ਼ਨ ਰੱਖਣ ਕਿ ਕਿਸਾਨੂੰ ਨਹੀਂ ਪਤਾ ਅਜ ਮੈਨੂੰ ਤੁਸੀਂ ਪੁੱਛੋ ਕਿ ਕਿੰਨੀ ਦੇਰ ਕੋਵਿਡ ਚੱਲੇਗਾ ਉਹ ਵੀ ਸਵਾਲ ਹੈ ਛੋਟਾ ਮੈਂ ਕਿਵੇਂ ਦੱਸਾਂ ਤੁਹਾਨੂੰ ਕਿ ਦੁਨੀਆ 'ਚ ਹੀ ਪਤਾ ਕਿ ਐਸੇ ਚੱਲ ਰਿਹਾ ਹੈ ਨੋਬਡੀ ਨੋ ਇਹ ਕਿ ਬਿਮਾਰੀ ਆਹੀ ਜੀ ਹੈ ਜਿਹੜੀ ਚਾਈਨਾ ਤੋਂ ਸ਼ੁਰੂ ਹੋਈ ਔਰ ਚਾਈਨਾਸ ਫਿਰ ਵਾਪਸ ਪਹੁੰਚ ਗਈ ਅਮਰੀਕਾ ਦਾ ਦੇਖੋ ਕੀ ਹਾਲ ਹੈ ਲੱਖਾਂ ਦੇ ਕਰੀਬ ਉੱਥੇ ਲੋਕਾਂ ਲੋਕ ਬਾਹਰ ਹੋ ਗਏ ਪਤਾ ਨਹੀਂ 70 80 ਹਜ਼ਾਰ ਦੇ ਕਰੀਬ ਤਮਾਰਗੀ ਵਿੱਚ ਇਹ ਸਾਰੇ ਕਿਤੇ ਦੁਨੀਆ ਚੱਲੀ ਆ ਤਾਂ ਕੋਈ ਕੰਟਰੋਲ ਨਹੀਂ ਸਾਨੂੰ ਪਤਾ ਹੈ ਬਿਮਾਰੀ ਬਾਰੇ ਨਾ ਡਾਕਟਰਾਂ ਨੂੰ ਸਾਇੰਟਿਸਟ ਨੂੰ ਕਿਸੇ ਨੂੰ ਪਤਾ ਹੈ ਇਸ ਦੇ ਬਾਰੇ ਤੋਂ ਇਹ ਕਰਕੇ ਸਕੂਲ ਸਾਨੂੰ ਬੰਦ ਰੱਖਣੇ ਪੈਣਗੇ ਜਦ ਤਾਈਂ ਕੁਝ ਇਹਦੀ ਜਾਣਕਾਰੀ ਨਹੀਂ ਹੋਣੀ ਤੁਸੀਂ ਇਹ ਵੀ ਕਿਹਾ ਕਿ ਮੈਂ ਇੱਕ ਛੋਟਾ ਇਹ ਸੰਗਰੂਰ ਤੋਂ ਆਇਆ ਕਿ ਮੈਂ ਇੱਕ ਛੋਟਾ बिजनेसमੈਨ ਹਾਂ ਲੋਹੜੀ ਹਣੇ ਤੋਂ ਤੇ ਮੈਂ ਬਿਸ਼ਲੇ 2 ਮਹੀਨੇ ਅੱਤ ਮੇਰੀ ਕੋਈ ਕਮਾਈ ਨਹੀਂ ਹੋਈ ਮੈਂ ਆਪਣਾ ਬਿਜ਼ਨਸ ਕਿਵੇਂ ਖੋਲ ਸਕਦਾ ਹਾਂ ਦੁਕਾਨ ਹੋਣੀ ਔਰ ਇਹ ਕੁਛ ਛੋਟਾ ਜਿਹਾ ਕੰਮ ਹੋਣਾ ਹੈ ਅਸੀਂ ਇਹਦਾ ਅਗਲੇ 2 ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਇਹਦਾ ਕੱਢ ਕੇ ਦੇਵਾਂਗੇ ਅਸੀਂ ਵੱਧ ਤੋਂ ਵੱਧ ਤੁਹਾਡੇ ਛੋਟੇ ਬਿਜ਼ਨੈਸ ਜਿਹੜੀਆਂ ਨੇ ਤੁਹਾਡੇ ਦੁਕਾਨਾਂ ਨੇ ਉਹ 18 ਤਰੀਕ ਨੂੰ ਤੁਹਾਨੂੰ ਪਤਾ ਹੈ ਸਾਡਾ ਲਾਕਡਾਊਨ ਇਹ ਪਹਿਲਾ ਨੰਬਰ 3 ਲਾਕਡਾਊਨ ਖਤਮ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਆਪਾਂ ਨੇ ਫੈਸਲਾ ਕਰਨਾ ਚੌਥੇ ਲੋਕਡਾਊਨ ਦਾ ਲੇਕਿਨ 18 ਤਰੀਕ ਨੂੰ ਮੈਂ ਤੁਹਾਡੀਆਂ ਵੱਧ ਤੋਂ ਵੱਧ ਦੁਕਾਨਾਂ ਔਰ ਬਿਜ਼ਨੈਸਿਸ ਥੋੜਾ ਖੋਲਾਂਗਾ ਜਿੱਥੇ ਕੰਟੇਨਮੈਂਟ ਏਰੀਆਸ ਹੁਣ ਮੈਨੂੰ ਇਹ ਰੈੱਡ ਔਰੇਂਜ ਤੇ ਹਰਾ ਇਹ ਜਿਹੜਾ ਲਾਲ ਕੇਸਰੀ ਤੇ ਹਰਾ ਜਿਹੜੇ ਰੰਗ ਰੱਖੇ ਨੇ ਮੈਂ ਇਹਦੇ ਨਾਲ ਸਬੂਤ ਸਹਿਮਤ ਨਹੀਂ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਹਿ ਸੀ ਉਹ ਦਿਨ ਬੋਲਦੇ ਹੋਏ ਕਿ ਇਹ ਗੱਲਾਂ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਇਹ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਚੀਫ ਮਿਨਿਸਟਰਸ ਔਰ ਸੂਬਿਆਂ ਨੂੰ ਪਤਾ ਹੈ ਸਾਨੂੰ ਸਾਡੇ ਤੇ ਛੱਡੋ ਕਿ ਅਸੀਂ ਕੀ ਕਰਾਂਗੇ ਤੇ ਅਸੀਂ ਹੁਣ ਰੱਖਾਂਗੇ ਕਨਫਾਈਨਮੈਂਟ ਜ਼ੋਨ ਜਾਂ ਨਾਨ ਕਨਫਾਈਨਮੈਂਟ ਜ਼ੋਨ ਕਨਫਾਈਨਮੈਂਟ ਜ਼ੋਨ ਦੇ ਜਿੱਥੇ ਬਿਮਾਰੀ ਆ ਉੱਥੇ ਮਹੱਲੇ ਨੂੰ ਸੀਲ ਆਫ ਕਰਕੇ ਬਾਕੀ ਸ਼ਹਿਰ ਮੇਰੇ ਖੋਲਣ ਦਾ ਪੂਰਾ ਇਰਾਦਾ ਹੈ ਔਰ 18 ਤਰੀਕ ਨੂੰ ਅਸੀਂ ਕਰਾਂਗੇ ਤਾਂ ਕਿ ਤੁਸੀਂ ਆਪਣੇ ਬਿਜ਼ਨੈਸ ਉਸੇ ਚਲਾ ਸਕੋ ਹੁਣ ਮੇਰੀ ਇੱਕ ਤੁਹਾਨੂੰ ਬੇਨਤੀ ਹੋ ਰਿਹਾ ਕਿ ਮੈਂ 30 31 ਮਈ ਤੱਕ ਇਸ ਨੂੰ ਫੇਰ ਲੈ ਕੇ ਜਾਊਗਾ ਬੜੀ ਰਾਹਤ ਮਿਲੇਗੀ ਉਹਦੇ ਚ ਲੇਕਿਨ ਤੁਸੀਂ ਮੇਰਾ ਸਾਥ ਦੇਣਾ ਹੈ ਤਾਂ ਕਿ ਇਹ ਹੋਰ ਫੈਲੇ ਨਾ ਇਹ ਜਿਹੜੇ ਲੋਕ ਆਉਣਗੇ 60001 اور 20000 ਹੋਰ 80000 ਲੋਕ پنجاب ਦੇ ਵਿੱਚ ਆਉਣਗੇ اگر ਇਹ ਲਿਆਉਣਗੇ ਇਸ ਨੇ ਥੋੜਾ کنٹرول ਆਪਾਂ ਨੂੰ ਰੱਖਣਾ ਪੂ